ਜੀ ਵੈਲਕਮ ਟੂ ਮਾਈ ਡੇਲੀ ਵਲੋਗ। ਜਿਸ ਮੈਂ ਕਰਤਾ ਅੱਜ ਵਲੋਗ ਸ਼ੁਰੂ, ਤਾਂ ਕਾਫੀ ਟਾਈਮ ਬਾਅਦ ਐਤਕੀ ਵਲੋਗ ਕਰਨ ਲੱਗਿਆ ਆਪਾਂ। ਕਾਫੀ ਦਿਨ ਹੋ ਗਏ, ਮੈਂ 3-4 ਦਿਨ ਹੋ ਗਏ ਮੈਂ ਵਲੋਗਿੰਗ ਸ਼ੁਰੂ ਹੀ ਨਹੀਂ ਕੀਤੀ ਸੀਗੀ ਹੁਣ, ਤਾਂ ਹੁਣ ਆ ਕਰਾਂਗੇ ਡੇਲੀ ਵਲੋਗ। ਅਤੇ ਇਸ ਨਾਲ ਪਤਾ ਕੀ ਗੱਲ ਹੈ, ਮੈਂ ਬਿਜ਼ੀ ਬਾਹਲਾ ਸੀਗਾ, ਪਤਾ ਨਹੀਂ ਕਿਉਂ ਸਕੂਲ ਦਾ ਚੱਕਰ ਪੈ ਜਾਂਦਾ, ਪਰ ਸਕੂਲ ਹੁਣ ਵੀ ਜਾਵਾਂਗੇ, ਪਰ ਕੱਢਾ ਕਰਾਂਗੇ ਟਾਈਮ, ਕੋਈ ਵੱਡੀ ਗੱਲ ਨਹੀਂ। ਤਾਂ ਹੁਣ ਚੱਲਦੇ ਹਾਂ ਸਕੂਲ, ਅਤੇ ਅੱਛਾ ਫੁੱਲ ਆ, ਐਤਕੀ ਲੇਟ ਉੱਠਿਆ ਸੀ ਮੈਂ ਅਤੇ ਹੁਣ ਵੀ ਲੇਟ ਹੋ ਗਿਆ। ਤਾਂ ਜਾਂਦੇ ਆ ਕਹਿਰਾਂ, ਦਿਖਾਉਂਦੇ ਮੋਲ ਚਾਲ। ਓਕੇ ਜੀ, ਲੱਗੇ ਨਹੀਂ ਹੋ ਰਿਹਾ ਹੁਣ, ਐਂ ਦੱਸ ਕਰਨਾ ਪਊਗਾ ਇਹਲਾ, ਇਹਦੇ ਬਿਨਾਂ ਗੱਲ ਹੀ ਨੀ ਬਣਨੀ। ਨਹੀਂ ਤੂੰ ਕਰਕੇ ਦੇ ਦੀ ਤਾਂ ਮੈਂ ਤਾਂ ਫਿਰ ਕਰੀ ਤੂੰ ਕੁਝ ਕਾਟ ਪੀ, ਤੂੰ ਦੇਖ ਕਰਕੇ 20 ਦਾ ਰਿਚਾਰਜ ਤਾਂ ਕਰਾਈਏ ਤੂੰ ਕਰ 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 ਰਿਚਾਰਜ ਕਰ, ਦੰਦ ਕੱਢੀ ਜਾਂਦਾ ਰਿਚਾਰਜ ਭਾਵੇਂ ਆਪਣੇ ਕੋਲ ਹੈਗਾ, ਪਰ ਫਿਰ ਵੀ ਆਪਾਂ 20 ਵਾਲਾ ਕਰਾਵਾਂਗੇ, ਵਾਧਾ ਫਿਰ ਮਿਲੂਗੀ ਥੋੜ੍ਹੀ ਹੋਰ। ਲਾਈ ਜਾਂਦੇ ਫੋਨ ਇਹਨੂੰ, ਦਿਖਾਉਂਦੇ ਇਹਨੂੰ ਮੋੜ, ਕੁਛ ਨਹੀਂ ਹੋਣਾ ਫਿਰ ਤੂੰ ਪੇਟਰੋਲ ਰੀਡ ਕਰਦੇ ਹੋਏ, ਬੰਦ ਹੋਣਾ ਸਾਰਾ ਕੁਛ ਮੇਰਾ ਚੱਲਦਾ, ਤਾਂ ਹੀ ਕਰਾਂ ਚੱਲਦਾ ਤੇਰੇ ਕੋਲ ਅੱਗੇ ਕੁਛ ਹੈ ਨਹੀਂਗਾ, ਮੇਰਾ ਗਰੀਬ ਦਾ ਖਾਤਾ ਹੀ ਹੈ ਨਹੀਂ। ਹੈਲੋ ਡੈਡੀ ਬਈ, ਹੁਣ ਆਪਾਂ ਘਰੇ ਥੱਕੇ ਪਏ ਹਾਂ ਕਿਉਂਕਿ ਸਾਫ਼ ਸਫਾਈਆਂ ਉੱਥੇ ਬਾਹਲੀਆਂ ਕਰਨੀਆਂ ਸਕੂਲੇ, ਸੋਮਵਾਰ ਨੂੰ ਅਖੰਡ ਪਾਠ ਹੋ ਕਰਕੇ ਸਾਫ਼ ਸਫਾਈਆਂ ਚੱਲੀ ਜਾਂਦੀਆਂ। ਸਾਨੂੰ ਕਹਿਤਾ ਵੀ ਇੱਦਾਂ ਕਰਕੇ ਵੀ ਸਾਫ਼ ਸਫਾਈਆਂ ਕਰਨੀਆਂ, ਤਾਂ ਕੀਤੀਆਂ ਜੀ ਆਪਾਂ ਸਾਫ਼ ਸਫਾਈਆਂ। ਤਾਂ ਹੁਣ ਖਾਂਦੇ ਰੋਟੀ ਪਾਣੀ, ਚਾਹ ਚੂਹ ਪੀਂਦੇ ਹਾਂ, ਆਰਾਮ ਦਾ ਨਾ ਬਹਿੰਦੇ ਹਾਂ, 2 ਮਿੰਟ ਰੈਸਟ ਕਰਦੇ ਹਾਂ, ਫਿਰ ਟਿਊਸ਼ਨ ਦੇਖਾਂਗੇ। ਵੈਸੇ ਤਾਂ ਅੱਜ ਕੱਚਾ ਪੱਕਾ ਹੀ ਹੈ ਮੇਰਾ, ਜਾਣ ਦਾ ਲੱਗਦਾ ਹੈ ਨਹੀਂ ਆ ਜਾਂਦਾ, ਪਰ ਕੋਈ ਗੱਲ ਨਹੀਂ, ਦੇਖਦੇ ਹਾਂ ਦੱਸਦੇ ਹਾਂ। ਤਾਂ ਬਾਈ ਆਪਣੇ ਸਕੂਲ 'ਚ ਖੰਡ ਪਾਠ ਦੀ ਤਿਆਰੀ ਚੱਲ ਰਹੀ ਆ, ਅਤੇ ਬਾਈ ਹੁਣ ਲਿਫਟ ਚੁਕਾਉਣਗੇ, ਹੁਣ ਗੱਟੇ ਗੁੱਟੇ ਚੁਕਾਈ ਜਾਂਦੇ ਆ ਇੱਥੇ ਆਵੇ, ਚੱਲ ਵੀ ਲਿਫਟ ਚੁਕਾ ਦੇ ਇਹਦੀ, ਚੁਕਾ ਦੇ ਲਿਫਟ ਹੀ ਇਹ ਉਹ ਡਿੱਗ ਪੈ ਡਿੱਗ ਪੈ, ਉਹ ਪਲਟਾ ਤਾ, ਵਾਹ ਬੇਟੇ ਵਾਹ, ਲੈ ਟਰੈਕਟਰ ਹੀ ਪਲਟ ਗਿਆ, ਚੱਲ ਚੱਕ ਟਰੈਕਟਰ ਚੱਕ, ਛੇ ਛੇਤੀ ਪਾਈਏ। ਤਾਂ ਬਈ ਇਹ ਸਾਡਾ ਡੇਲੀ ਦਾ ਕੰਮ ਆ, ਕੋਈ ਅੱਜ ਦਾ ਕੰਮ ਨਹੀਂ ਹੈਗਾ, ਇਹ ਪੁੱਠੇ ਕੰਮਾਂ ਨੂੰ ਜੰਮੇ ਆ ਆਵੇ, ਆਹ ਮੇਰੇ ਉੱਤੇ ਮਾਰੇਗਾ ਭੈਣ ਯਾਰ, ਦੇਖੀ ਤਾਂ ਗੱਟੇ ਕਿੱਥੇ ਰੱਖਣੇ ਆ, ਅੱਛਾ ਹੀ ਕਰ ਬੋਲਣਗੇ। ਤੁਸੀਂ ਵੀ ਕਹਿੰਦੇ ਹੋ ਕਿ ਜਾਂਦੇ ਤੋਂ ਸਕੂਲ ਪੜ੍ਹਨ ਹੋ, ਇੱਥੇ ਦਿਹਾੜੀਆਂ ਦਾ ਕੰਮ ਹੈ ਆਈ ਆ ਵੀਰੇ, ਨਹੀਂ ਉਹ ਗੱਲ ਨਹੀਂ ਬਾਈ ਯਾਰ, ਖੰਡ ਪਾਠ ਹੈਗਾ, ਸੇਵਾ ਕਰ ਰਹੇ ਅਸੀਂ, 350 ਰੁਪਈਆ ਦੇਣਾ ਇਹਨਾਂ ਨੇ ਇੱਕ ਜਣੇ ਦਾ, ਯੈਸ 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 ਯੈਸ, ਨਾ ਸਮੋਸੇ ਨਾ ਚਾਹ ਮਿਲੂਗੀ, ਜਿੰਦਾ ਸੀ ਦੋਨਾਂ ਨੇ ਰੀਚਾਰਜ ਕਰਾਉਣਾ, ਯੈਸ ਚਾਹ ਨਾ ਸਮੋਸੇ ਮਿਲਣਗੇ ਨਾਲੇ, ਬਾਕੀ ਇਹਦਾ ਸੇਵਾ ਯਾਰ, ਕੋਈ ਚੱਕਰ ਵਾਲੀ ਵੱਡੀ ਗੱਲ ਨਹੀਂ, ਕਿ ਨਹੀਂ ਯਾਰ ਕਰ ਹੀ ਸਕਦਾ, ਕੋਈ ਵੱਡੀ ਗੱਲ ਨਹੀਂ ਯਾਰ, ਖੰਡ ਪਾਠ ਹੈਗਾ ਸੋਮਵਾਰ ਦਾ, ਸੋਮਵਾਰ ਦੀ ਆ, ਹਾਂਜੀ ਸਾਰੇ ਆਇਓ ਜੀ, ਸਾਰੇ ਆਇਓ ਬਾਈ, ਓਏ ਸਾਰੇ ਆਇਓ ਸਾਰੇ, ਤਾਂ ਬਾਕੀ ਦਿਖਾਉਂਦੇ ਹਾਂ ਮੋਲ ਚਲਾ ਹੋਰ। ਓਕੇ ਬਿਮਾਰ ਹੋ ਗਿਆ, ਵਾਹ ਵੀ ਵਾਹ, ਸੋ ਕੇ ਕਰ, ਓਏ ਮੇਰੀ ਗੱਲ ਸੁਣ, ਤੂੰ ਮੇਰੀ ਗੱਲ, ਤੂੰ ਬੂਟ ਵਗੈਰਾ ਪਾਉਂਦਾ ਨਹੀਂ, ਤੈਨੂੰ ਤਾਂ ਹੋਇਆ ਬੁਖਾਰ, ਇਹ ਇੰਨਾ ਨਹੀਂ ਹੁੰਦਾ ਯਾਰ, ਤੇ ਹੋਰ ਕਾਹਨਾ ਹੋ ਗਿਆ ਤੈਨੂੰ, ਹੋ ਜਾਂਦਾ ਵਾ ਜਿਹੜਾ ਹੋਣਾ ਚਾਹੀਦਾ, ਚੱਲ ਰਾਤ ਜ਼ਿਆਦਾ ਪੀਲੀ ਹੋਣੀ ਹੈ ਤਾਂ ਹੋ ਗਿਆ ਹੋਏਗਾ, ਕਿੱਥੋਂ ਗਿਆ ਸੀਗਾ, ਹਾਂ ਨਹੀਂ ਯਾਰ ਇਹ ਗੱਲ ਮਾੜੀ ਹੈ ਤੇਰੀ, ਘੱਟ ਪੀਆ ਕਰ ਤੂੰ, ਪੀਨਾ ਵਾਲੀ ਆ, ਕੋਲਡ ਡਰਿੰਕ ਦੀ ਬੋਤਲ, ਕੋਲਡ ਡਰਿੰਕ ਦੀ ਬੋਤਲ, ਤੇ ਮੈਂ ਉਹ ਵੀ ਗਲਤ, ਮੈਂ ਗਲਤ ਕੀ ਕਿਹਾ ਫਿਰ, ਮੈਂ ਕੁਛ ਬੋਲਿਆ, ਗਲਤ ਨੀ ਗਲਤ, ਹੋਰ ਮੈਂ ਕਹਿਣਾ ਕੀ ਸੀ, ਕੀ ਪੀਨਾ ਹੋਰ ਤੂੰ, ਬ੍ਰੈਂਡੀ ਬ੍ਰੈਂਡੀ ਲੈ ਬ੍ਰੈਂਡੀ ਬ੍ਰੈਂਡੀ ਜੋ ਨਾ ਹੀ ਵਿਗਾੜਦਾ ਕੀ, ਕਿ ਤੈਨੂੰ ਕਿਹਦੂ ਬੰਦਾ ਪੀਤੀ, ਨਾ ਤਾਂ ਤੈਨੂੰ ਲੈਣਾ ਨੀ ਆਉਂਦਾ, ਚੰਗਾ ਬਰਗਰ ਖਾ ਕੇ ਆਉਂਦੇ ਆਇਆ, ਵਾਧੂ ਪੈਸੇ ਦੀ ਕਮੀ ਰਹੀ ਆਪਣੇ ਕੋਲ, ਕਿੱਧਰ ਗਏ,
ਉਹ ਯਾਰ ਮੈਂ ਮੁੰਡੇ ਨੂੰ ਫੋਨ ਲਾਉਣਾ ਯਾਰ, ਉਹ ਤੋਂ ਪੈਸੇ ਲੈਣੇ ਆ ਹਫਤਾ, ਅੱਜ ਕਹਿੰਦੇ 2-3 ਹੋ ਗਈ ਨਾ, ਹਫਤਾ ਲੈਣਾ ਉੱਥੋਂ. ਓਏ ਮੱਛਰ ਮੁੱਛਰ ਦਾ ਦੇ, ਖੁਸ਼ ਵੇਖ ਹੋ ਗਿਆ. ਦਵਾਈ ਦਵੂਈ ਲਿਆਂਦੀ ਆ ਤੂੰ? ਲਿਆਂਦੀ ਨੀ? ਚੱਲ ਐਂ ਕਰਦੇ ਮੈਂ ਬਰਗਰ ਲੈ ਲਈ, ਉੱਥੋਂ ਦਵਾਈ ਲੈ ਲਈ. ਕਿਉਂ ਐਵੇਂ ਬਰਗਰ ਖਾਏਗਾ ਤੂੰ? ਦਵਾਈ ਲੈਣਾ ਚੁੱਪ ਕਰਕੇ. ਦਵਾਈ ਤਾਂ ਪਈ ਹੋ ਗਈ ਕੱਲ ਵਾਲੀ, ਕੱਲ ਵੀ ਨਹੀਂ ਪਰਸੋਂ ਬੁਖਾਰ ਸੀ ਜਿਹੜੀ ਗੋਲੀ ਮੈਂ ਖਾਧੀ ਨੀ ਯਾਰ, ਉਹ ਭੈਣ ਸੁੱਟੀ ਰੱਖੀ ਹੋਈ. ਚੱਲ ਕੋਈ ਗੱਲ, ਹੋਰ ਸੁਣਾ ਫਿਰ ਕੀ ਬਣਦਾ? ਕੁਛ ਨੀ ਬਣਦਾ ਯਾਰ, ਮੇਰਾ ਘਰੇ ਜੀ ਨੀ ਲੱਗਦਾ. ਚੱਕਰ ਕੀ ਆ ਯਾਰ, ਕਿ ਮੈਂ ਤੇਰੇ ਨਾਲ ਬੋਲਾ ਰਹਿੰਦਾ ਤਾਂ ਹੋ ਗਿਆ? ਘਰੇ ਰਹਿੰਦਾ ਕਿਹੜਾ? ਨਹੀਂ ਮੈਨੂੰ ਲੱਗਦਾ ਅੱਜ ਮੈਂ ਘਰੇ ਬੁਖਾਰ ਸੀ ਤਾਂ ਹੀ ਰਹਿ ਗਿਆ ਮੈਂ, ਜਦੋਂ ਕਹਿੰਦਾ ਮੈਂ. ਨਹੀਂ ਤੂੰ ਆ ਸਕੂਲ ਗਿਆ ਨੀ? ਗਿਆ ਸੀ. ਅਰੇ ਲਬਰਦੀ ਵੀ ਨੀ ਲਾਈ ਉਹ ਹਸਪਤਾਲ ਚ, ਬਾਲਾ ਕੰਮ ਚੱਕਿਆ ਉੱਥੇ ਸਕੂਲ ਦੇ ਗੈਨੀ ਨਾਲ ਵੀਡੀਓ ਕਾਲਿੰਗ ਤੇ ਬੈਠਾ ਸੀਗਾ ਮੈਂ, ਖੰਡ ਪਾਠ ਹੈ ਵੀ ਸਾਰਾ ਨੇ ਨਾ ਉਹ ਚੱਕਣਾ, ਸਾਰਾ ਮਿੱਟੀ ਕੱਟਾ ਸਫਾਈ ਕਰਦੇ ਗੱਲ ਦੀ, ਮੁੱਕਦੀ ਗੱਲ ਇਹ ਹੈ ਬਈ ਉਹ ਤੁਸੀਂ ਗੇੜੇ ਕੱਢੇ ਸਾਈਕਲ ਸੂਕਲ ਚੱਕ ਲਿਆ ਆਪਦੇ, ਉਹੀ ਕਰ ਇੱਧਰ ਵਗ ਗਏ, ਕਰੋ ਇੱਧਰ ਵਗ ਗਏ, ਗੇੜੇ ਗੂੜੇ ਕੱਢ ਕੇ ਰੋਟੀ ਰੋਟੀਆਂ ਖਾ ਖੂ ਕੇ ਭੱਜੇ ਆਏ 12 ਵਜੇ. ਰੋਟੀ ਉਹਨਾਂ ਦਿੱਤੀ? ਰੋਟੀ ਮਿਡ ਡੇ ਮੀਲ ਚੋਂ ਲੈ, ਸਰਕਾਰੀ ਰੋਟੀ ਹੁੰਦੀ ਵੀਰੇ ਮਿਡ ਡੇ ਮੀਲ, ਖਵਾਤੀ ਹੈ ਰੋਟੀ ਸਰ? ਹੋਰ ਆਪਾਂ ਇਹ ਖਾਣ ਪੀਣ ਵਾਲੇ ਬੰਦੇ ਆ, ਆਪਾਂ ਖਾਣ ਪੀਣ ਵਾਲੇ ਬੰਦੇ, ਇਹ ਗੱਲ ਸਹੀ ਹੈ. ਤੁਹਾਡੇ ਹੁੰਦਾ ਮਿਡ ਡੇ ਮੀਲ? ਮਿਡ ਡੇ ਮੀਲ ਹੁੰਦਾ ਆਂਟੀ ਦੇ ਗਰੀਬਾਂ, ਗਰੀਬਾਂ ਦਾ ਸਕੂਲ. ਗਰੀਬਾਂ ਦਾ ਕਿੱਦਾਂ ਸਕੂਲ? ਕੁਛ ਸੁਣਦਾ ਹੀ ਨਹੀਂ ਕਿਸੇ ਦੀ ਗੱਲ, ਨਹੀਂ ਸੁਣਦਾ, ਸੁਣਦਾ ਹੀ ਨਹੀਂ ਕੁਛ ਦੀ ਗੱਲ, ਨਹੀਂ ਸੁਣਦਾ ਕੋਈ ਵਿਗਿਆਨੀ ਨਾਲ ਬੈਠਾ ਸੀ ਲਾਈਵ, ਮੈਡਮ ਮੈਡਮ ਬੈਠੀ ਨਾਲ ਸਾਹਮਣੇ, ਸਕੂਲ ਚ ਲਾਈਵ ਹੋਇਆ ਬੈਠਾ ਸੀ, ਗੱਲਾਂ ਮਾਰ ਰਹੀ ਵੀਡੀਓ ਕਾਲਿੰਗ ਤੇ ਫੋਨ ਤੇ. ਦੇਖ ਲਾ ਵੀ ਆਹ ਪੜ੍ਹਾਈ ਹੁੰਦੀ ਇਹਨਾਂ ਦੀ, ਚੁੱਪ ਕਰਕੇ ਬੈਠੇ ਤੇ ਕੀ ਹੋਇਆ, ਇੱਕ ਮੈਸੇਜ ਨੀ ਆਉਂਦਾ ਹੁੰਦਾ ਲਿਮਿਟਡ ਡਾਟਾ ਵਾਲਾ, ਉਹ ਆ ਗਿਆ ਭਾਈ ਤੇ ਟੂਣ ਟੂਣ. ਮੈਡਮ ਕਹਿੰਦੇ ਕੋਲ ਫੋਨ ਹੈ? ਮੈਂ ਕਿਹਾ ਮੁੱਕਰ ਗਿਆ ਨਾ ਕੰਮ, ਟੇਢਾ ਹੋ ਜੂ, ਬੈਗ ਚੈਕਿੰਗ ਹੋ ਜੂਗੀ. ਮੈਂ ਕਿਹਾ ਹਾਂ ਕਹਿ, ਮੈਂ ਕਿਹਾ ਹਾਂਜੀ ਆ ਗਈ. ਕਹਿੰਦਾ ਤੈਨੂੰ 20 ਵਾਰੀ ਕਿਹਾ ਲੋਕਲ ਬੱਚੇ ਤੁਸੀਂ ਇਹ ਨਹੀਂ ਲਿਆਉਣਾ, ਮੋਹ ਨਹੀਂ ਲੈਣਾ. ਚੱਲ ਠੀਕ ਆ. ਇਹਨੇ ਦੂਜੀ ਮੈਡਮ ਆ ਗਈ ਭਾਈ, ਉਹ ਨਾ ਲਿਖੀ ਆਉਂਦੀ ਕੈਂਪ ਵਾਲਾਂ ਦੇ, ਉਹ ਕਹਿੰਦੀ ਭਾਈ ਤੁਹਾਡੇ 'ਚ ਕਿਸੇ ਨੇ ਕੈਂਪ ਲਾਉਣਾ ਹੈਗਾ ਭਾਈ. ਉਹ ਗੱਲਾਂ ਗੁੱਲਾਂ ਕਰਨ ਲੱਗ ਗਈ, ਉਹਨਾਂ ਦੇ ਹੁੰਦੇ ਇੱਕ ਹੋਰ ਹੈਗਾ ਨਾ ਉਹਦੇ ਨਾਲ. ਮੈਂ ਮੈਡਮ ਖਿੱਚ ਗਈ ਉਹਨਾਂ ਦੇ ਹੁੰਦੀ, ਮੈਡਮ ਮੈਂ ਤਾਂ ਫੋਨ ਖੜਾ, ਕਹਿੰਦੀ ਫੋਨ ਦੇ ਦੇ. ਬਾਅਦ 'ਚ ਮੈਂ ਕਿਹਾ ਮੈਂ ਜੀ ਐਂ ਕਰਕੇ ਸਾਇਲੈਂਟ ਕਰ ਦਊਂ, ਮੈਂ ਸਾਇਲੈਂਟ ਸਟੂਡੈਂਟ ਕਰਕੇ ਮੈਂ ਉਹਨੂੰ ਦੇਤਾ. ਮੈਂ ਕਿਹਾ ਬਾਬਾ ਮੈਂ ਜਾਂਦੇ ਹੋਏ ਲਿਆ ਆ ਫੋਨ, ਇੰਨਾ ਪੰਗਾ ਪੈ ਗਿਆ ਸੀ. ਮੇਰਾ ਤਾਂ ਕੋਈ ਚੱਕਰ ਨਹੀਂ, ਪ੍ਰਿੰਸੀਪਲ ਪ੍ਰਿੰਸੀਪਲ ਆਉਂਦਾ ਆਉਂਦਾ ਚਲਾ ਜਾਂਦਾ, ਤੁਸੀਂ ਫੋਨ ਚਲਾਈ ਤਾ. ਅੱਛਾ ਜੀ, ਫ੍ਰੀ ਫਾਇਰ ਲਵਰ? ਬਈ ਮੈਂ ਤਾਂ ਫ੍ਰੀ ਫਾਇਰ ਖੇਡਦਾ. ਫ੍ਰੀ ਫਾਇਰ ਲਵਰ? ਹੈਂ, ਪੈਸਾ ਵਾਧੂ ਲੱਗਿਆ? ਪੈਸਾ ਲੱਗਿਆ ਕਿ ਆਉਂਦਾ ਤੈਨੂੰ? ਲੱਗਿਆ ਬਈ, ਆਉਂਦਾ ਤਾਂ ਹੈਗਾ ਹੀ ਫਿਰ ਤੈਨੂੰ. ਆ ਦੱਸ ਦੇਣਾ ਸਾਰਿਆਂ ਨੂੰ ਵੀ ਕਿੰਨੇ ਪੈਸੇ ਆਉਂਦੇ ਤੈਨੂੰ ਇਹਦੇ? ਫਿਰ ਪਤਾ ਨਾ ਲੋਕਾਂ ਨੂੰ ਜਿਹੜੇ ਫ੍ਰੀ ਫਾਇਰ ਖੇਡਦੇ ਉਹਨਾਂ ਨੂੰ ਪਤਾ ਆਪ ਹੀ ਨਹੀਂ, ਸਾਡੇ ਵਾਲੇ ਨੂੰ ਨਹੀਂ ਪਤਾ, ਅੱਧਿਆਂ ਨੂੰ ਦੱਸ ਦੇ. ਸਾਰੇ ਇਹ ਵੀ ਖੇਡਣ ਲੱਗ ਜਾਣਗੇ, ਮਾੜਾ ਮੋਟਾ ਫਾਇਦਾ ਹੋ ਜੂ ਵਿਚਾਰਿਆਂ ਦਾ. ਕਿਸੇ ਦਾ ਨਹੀਂ ਫਾਇਦਾ ਹੁੰਦਾ. ਲੱਗਦਾ ਪੈਸਾ ਬਹੁਤ ਛਾਪਦਾ ਤੇਰਾ ਯਾਰ, ਬਹੁਤ ਹਰਾਮੀ ਬੰਦਾ ਇਹ. ਐਵੇਂ ਸੋਚਣਾ ਡੇਲੀ ਬਦਲ ਬਦਲ ਕੇ ਕੋਟ ਆਉਂਦੇ ਯਾਰ ਕੋਲ, ਨਾਈਕੀ ਕਦੇ ਕਾਹਦੇ ਕਦੇ ਐਡੀਡਾਸ. ਮੈਂ ਇਹਨਾਂ ਵੀ ਅੰਬਾਨੀ ਦਾ ਬੰਦਾ ਨਹੀਂ, ਅੰਬਾਨੀ ਦਾ, ਅੰਬਾਨੀ ਦਾ ਸਿੱਧਾ ਨੰਬਰ ਆ ਤੇ ਕੋਲ. ਹਾਂ ਹਾਂ ਅਸੀਂ ਤੇ ਨਹੀਂ 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 ਆ ਇਹ ਤਾਂ ਅੰਦਰ ਕਿੱਥੇ ਇੱਥੇ ਇਹ ਕਿਹੜੀ ਗੱਲ ਬਦਮਾਸ਼ ਹੈ ਤਾਂ ਆਫੇ ਜਾ ਲੋਲਾ ਬੋਲਾ ਬਦਮਾਸ਼ ਤਾਂ ਤੂੰ ਹੀ ਲੱਗਦਾ ਤੇ ਮੇਰੀ ਅੱਖਾਂ ਦੇਖ ਲਾਦਾ ਬਦਮਾਸ਼ ਮੈਂ ਕਿਸ ਪਾਸੋਂ
ਕਿੰਨਾ ਕਲਾ ਬਦਮਾਸ਼ ਕਹਿ ਗਿਆ ਉਹ ਬਦਮਾਸ਼ ਕਹਿ ਗਿਆ ਨਹੀਂ ਯਾਰ ਦੁੱਧ ਲੈ ਕੇ ਇੰਨਾ ਸ਼ਰੀਫ ਹੀ ਹੈ ਨੀ ਕੋਈ ਕਾਲਾ ਆ ਰਿਹਾ ਯਾਰ ਤੂੰ ਬਰਤਨ ਪੈਕ ਕਰਾ ਕੇ ਲੈ ਕੇ ਯਾਰ ਬੰਦਾ ਕਾਲਾ ਆ ਰਿਹਾ ਤੂੰ ਪੈਕ ਕਰਾ ਲੈ ਨੂੰ ਅੰਦਰ ਦੁੱਧ ਕਰਾ ਦੇ ਤੂੰ ਕੋਈ ਨਹੀਂ ਬੈਗ ਤੇਰੀ ਇੱਥੇ ਖਾਲਾ ਓਏ ਓਏ ਇੱਥੇ ਖਾਲਾ ਪਤਾ ਨਹੀਂ ਮੰਮੀ ਨੇ ਖਾਣੇ ਆ ਚਾਹ ਕੋਈ ਨਹੀਂ ਇਕੱਠੇ ਮਾਰ ਛੜੀ ਇਹਨਾਂ ਨੂੰ ਬੱਤ ਵੀ ਗਾਇਆ ਇਹਨੂੰ ਕਰਾ ਦੇ ਨੋਲ ਕਰਾ ਜਾ ਸਹੀ ਹੋਈ ਆ ਸਹੀ ਹੋਈ ਆ ਨਹੀਂ ਦੇਖ ਲਾ ਕਰੀ ਯਾਰ ਅਸੀਂ ਕਰਾ ਲੈਨੇ ਇੱਥੇ ਬਹਿ ਕੇ ਖਾ ਲੈਨੇ ਅਸੀਂ ਰਲ ਮਿਲ ਕੇ ਕਿਹਣੀ ਨਾ ਯਾਰ ਆ ਬਰਗਰ ਸਾਡੇ ਦੋ ਬਰਗਰ ਆ ਯਾਰ ਕਰੀਏ ਜੀ ਜੀ ਕਿਸੇ ਪਾਸੇ ਹੋਣੀ ਲੱਗਦਾ ਕਿ ਨਹੀਂ ਕੀ ਪੈ ਗੋਬਰ ਕਿੱਥੇ ਤੂੰ ਹੀ ਕੀਤਾ ਹੋਊਗਾ ਨਾ ਸੜਕ 'ਤੇ ਤੂੰ ਹੀ ਕਰਦਾ ਹਮੇਸ਼ਾ ਤਾਂ ਬਾਈ ਸਵੇਰੇ ਸਕੂਲ ਦਾ ਨਹੀਂ ਮੈਨੂੰ ਤਾਂ ਸਮਝ ਆ ਰਿਹਾ ਸਾਲਾ ਜਾਣਾ ਕਿ ਨਹੀਂ ਜਾਣਾ ਜੀ ਆ ਤਾਂ ਮੇਰਾ ਕਰਦੇ ਰਿਹਾ ਸਕੂਲ ਜਾਣ ਨੂੰ ਪਰ ਯਾਰ ਨਾਲ ਦਾ ਯਾਰ ਬਿੱਲੀ ਕਹਿੰਦਾ ਤੂੰ ਆਈ ਸਕੂਲ ਵੇ ਕਰਾਂਗੇ ਕੀ ਗੱਲ ਆ ਗੱਲ ਤਾਂ ਕੀ ਸੰਡੇ ਆ ਸੋਰੀ ਸੰਡੇ ਕਹਿੰਦਾ ਸੋਰੀ ਸੱਚੜੇ ਆਪਣੀ ਸਰਕਾਰੀ ਛੁੱਟੀ ਆ ਸਾਡੀ ਤਾਂ ਸਾਡਾ ਤਾਂ ਜਾਣ ਨੂੰ ਜੀ ਨਹੀਂ ਕਰਦਾ ਯਾਰ ਚੱਕਰ ਤੂੰ ਤਾਂ ਜਾਏਗਾ ਮੈਂ ਕਿੱਥੇ ਨਹੀਂ ਜਾਂਦਾ ਜੁੰਦਾ ਘਰੇ ਸੌਂਗਾ ਕੁੱਤੇ ਭੌਂਕ ਰਹੇ ਦਵਾਕਰ ਤੇਰੇ ਨਾਲ ਨਾਲ ਚੱਕਰ ਕੀ ਆ ਪਛਾਣ ਗਏ ਤੈਨੂੰ ਅੱਲੇ ਮੇਰੇ ਵਾਲਾ ਹੈ ਜਦੋਂ ਰੱਖਿਆ ਕੁੱਤੇ ਆਪਣਾ ਕੁੱਤਾ ਹੁੰਦਾ ਤਾਂ ਕਿਤੇ ਜਿੰਦਾ ਬੰਦਾ ਕੁੱਤਾ ਪਤਾ ਨਹੀਂ ਕੋਈ ਸਹੀ ਗੱਲ ਹੈ ਸਹੀ ਗੱਲ ਹੈ ਚੜਾਈ ਹੈ ਤੇਰੀ ਤਾਂ ਕੁੱਤੇ ਰੱਖਣੇ ਪੈਂਦੇ ਆ ਓਏ ਹੋ ਰਹੀ ਯਾਰ ਤੁਹਾਡੇ ਕੋਲ ਕਿਤੇ ਕਿੱਥੋਂ ਆਏ ਨੇ ਟੱਪ ਕੇ ਆਉਂਦੇ ਨਾ ਜਦੋਂ ਲੜੀਆਂ ਕਰਨ ਨੂੰ ਮੈਂ ਲੜਾਈਆਂ ਵਾਲਾ ਲਾ ਦੂੰ ਸਾਰਾ ਮੇਰੇ ਇੰਨਾ ਸ਼ਰੀਫ ਹੀ ਕੋਈ ਨਹੀਂ ਇੱਥੇ ਪਤਾ ਜਿੰਨੀ ਸ਼ਰੀਫੀ ਮੇਰੇ ਚ ਕੁੱਟ ਕੁੱਟ ਭਰੀ ਆ ਨਾ ਉਹਨੇ ਤੁਹਾਡੇ ਚ ਕਿਸੇ ਚ ਨਹੀਂ ਹੈਗੀ ਇਹ ਗੱਲ ਜਾਣਦਾ ਪਤਾ ਮੈਨੂੰ ਪੋਤੀ ਦੇ ਤੁਹਾਡਾ ਹਾਂ ਇਹ ਵਹਿਮ ਚ ਨਾ ਰਹਿ ਜੀ ਪਤਾ ਹਾਂ ਵਹਿਮ ਚ ਹੀ ਹੈ ਨਾ ਕਿਹੜੇ ਵਹਿਮ ਚ ਕਰਦਾ ਨੀ ਭੌਂ ਭੌਂਕਦਾ ਫਿਰਦਾ ਹੁਣ ਤੂੰ ਆਈ ਵਿਹਲਾ ਇੱਥੇ ਆ ਮੈਨੂੰ ਪਤਾ ਨੀ ਕਿੱਥੇ ਲਿਆਇਆ ਇੱਥੇ ਦਰਦ ਦੁਰ ਪਿਆਉਣ ਪੈਂਦੇ ਨੀ ਮੈਨੂੰ ਪਿਆਉਣ ਤਾਂ ਤੂੰ ਲਿਆ ਇੱਥੇ ਤੈਨੂੰ ਆਪਾਂ ਨੀ ਕਿੱਥੇ ਲਿਆਇਆ ਹੋਰ ਹੀ ਥਾਂ ਹੈਗੇ ਸੁਣ ਸੁਣਾਈ ਤੂੰ ਕਰ ਤੂੰ ਰੈਸਟ ਕਰ ਲਾ ਭਰਾਵਾ ਜੇ ਤੇਰਾ ਸਿਰ ਦੁਖੀ ਕਿੱਥੋਂ ਟਿਊਸ਼ਨ ਓ ਨਾਲ ਤਾਂ ਟਿਊਸ਼ਨ ਹੈਗਾ ਯਾਰ ਉਹ ਭੋਰੀ ਜਾਂਦਾ ਰਹਿੰਦਾ ਲੈ ਕੇ ਤਾਂ ਅਜੇ ਤਾਂ ਕੌਣ ਟਾਈਮ ਦੇ ਕਿੰਨਾ ਹੋ ਗਿਆ ਯਾਰ ਇੰਨਾ ਚੱਲ ਠੀਕ ਕਰਨੇ ਮੈਂ ਜਾਵਾਂ ਯਾਰ ਜਾ ਬੜੀ ਫਿਰ ਮੈਂ ਵੀ ਇੱਥੇ ਹੀ ਆ ਚੱਲ ਠੀਕ ਆ ਭਰਾ ਚੱਲ ਠੀਕ ਆ ਓਕੇ ਓਕੇ ਮਿਲਦੇ ਆ ਬਈ ਜੇ ਤੁਹਾਨੂੰ ਬੜਾ ਵਧੀਆ ਲੱਗਾ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤਾਂ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ